बाबा जी वाहेगुरु जी का खालसा श्री वाहेगुरु जी की फतेह। बाबा जी अज साडा बड़ा भागा वाला दिन है कि तुहाडे दर्शन करन नूं सानू मिले हैं जी। ते बाबा जी तुहाडे एडे वधिया उपराले, एडे उच्चे उपराले रहे हैं पूरे कौम वास्ते, पूरे पंजाब वास्ते, पूरे समाज वास्ते जी। ते अज तुसीं अज सानू सारयां नूं ते रस्ते पाओ, दसो इनवायरमेंट वास्ते जिहड़े उपराले रहे हैं, साडे वास्ते कोई संदेश देना चाहो जी। क्योंकि जरा वातावरण का जोड़ा विषय है ये विश्वव्यापी है। हाँ जी, क्योंकि ग्लोबल वार्मिंग सारी दुनिया वास्ते खतरा, जिदे वास्ते UNO ते सारे मुल्कां दे राष्ट्रपति प्रधानमंत्री जिन्हों विशेष तौर पर यह पोल्यूशन कंट्रोल वास्ते जिहड़ियां संयुक्त राष्ट्र वालों भी हदायतां हुंदियां। सो ये जिहड़ा है सब तो वड्डी जागरूकता की लोड़ है, क्योंकि पहली गल तो असी जिहड़ा कुदरती सोमियां की साडे जीवन के अहमियत आनू असी भुल गए हाँ। तो जो साहब श्री गुरु नानक पातशाह ने अज तो 500 साल पहले सानू संदेश दिता सी, पवन गुरु पाणी पिता माता धरत महत दिवस रात दुई दाई दाया खेल सगल जगत, वो उन्हों का स्नेहा अज भी उन्ना ही सार्थक आ। सगो अज इस स्नेहे की होर वड्डी लोड़ आ, क्योंकि अज दूषित हो रहा पानी, कुदरतलीत हो रही जी नदियाँ जी है, कैमिकलों के नाल धरती जी सिंजी जा रही है। सो यदा साढ़े तो ही नहीं, साड़िया आने वाली पीढ़ियों पर भी बहुत बुरा प्रभाव पैन वाला। जे असी हवा पानी तो धरती ना बचाया तो जो साविख आ वो खतरे के, क्योंकि साड़िया आने वाली पीढ़ियां ने भी इसे हवा सह लेना, इसे पानी नू पीना, इसे धरती ते जीना, ये ता ही सारा कुछ संभव आ जेकर असी समझांगे। ते जे असी ना समझे ते साडियां जिहड़ियां आने वाली पीढ़ियां वो रोगां दे नाल, बीमारियां दे नाल, ते होर कई तरह दी अलामतां दे नाल, जां कह लो कुदरत दी करोपी, जिस तरह जिहड़ियां तूफान आउंदे आ, ਪਚਾਲ ਆਉਂਦੇ ਆ, ਜਾਂ ਹੋਰ ਇਹੋ ਜਿਹੀਆਂ ਕੁਦਰਤੀ ਆਫਤਾਂ, ਉਹਨਾਂ ਨੂੰ ਜਿਹੜੀ ਹੈਗੀ ਹੈ ਬਰਦਾਸ਼ਤ ਕਰਨ ਦੇ ਇਹ ਸਮਰੱਥ ਨਹੀਂ ਹੋਊਗਾ, ਕਿਉਂਕਿ ਉਹ ਬਾਣੀ ਦੇ ਪਾਵਨ ਸ਼ਬਦ ਆਪਣੇ ਹੱਥੀਂ ਆਪਣਾ ਆਪੇ ਹੀ ਕਾਸ਼ਵਾਰੀ ਹੈ। ਜਿਹੜਾ ਵਾਤਾਵਰਨ ਆ ਇਹ ਸਾਡੇ ਵਾਸਤੇ ਨਹੀਂ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਜ਼ਰੂਰੀ ਹੈ। ਇਹਨੂੰ ਵਿਗਾੜਿਆ ਵੀ ਅਸੀਂ ਹਾਂ ਅਤੇ ਇਹਨੂੰ ਸਾਫ਼ ਵੀ ਅਸੀਂ ਰੱਖਣਾ। ਸੋ ਜੇ ਇਹ ਜਾਗਰੂਕਤਾ ਦੀ ਲੋੜ ਹੈ, ਲੋੜ ਆ ਕਿ ਵਾਤਾਵਰਨ ਕਿਸੇ ਇੱਕ ਵਾਸਤੇ, ਇੱਕ ਫਿਰੋਕੇ ਵਾਸਤੇ, ਇੱਕ ਧਰਮ ਵਾਸਤੇ, ਇੱਕ ਜਾਤ ਵਰਗੇ ਜਾਂ ਇੱਕ ਮੁਲਕ ਦਾ ਨਹੀਂ, ਇਹ ਸਾਰੇ ਵਿਸ਼ਵ ਦਾ ਸਾਂਝਾ ਹੈ। ਇੱਕ ਮੁਲਕ ਦੀ ਹਵਾ ਦੂਸਰੇ ਮੁਲਕ ਵਿੱਚ ਪਹੁੰਚ ਜਾਂਦੀ ਹੈ। ਸੋ ਇਸੇ ਤਰ੍ਹਾਂ ਹੀ ਪਾਣੀ ਹੈ। ਸੋ ਇਹ ਜੇਕਰ ਅਸੀਂ ਵਾਤਾਵਰਨ ਨੂੰ ਬਚਾਵਾਂਗੇ ਤਾਂ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਤੰਦਰੁਸਤ ਹੋਊਗੀ, ਨਰੋਈ ਹੋਊਗੀ, ਅਤੇ ਉਹਨਾਂ ਦੀਆਂ ਉਹ ਵਧੀਆ ਤਰੀਕੇ ਨਾਲ ਜਿਹੜਾ ਹੈ ਆਪਣਾ ਵਿਕਾਸ ਕਰ ਸਕਣਗੇ। ਅਤੇ ਜਿਸ ਤਰੀਕੇ ਨਾਲ ਜਿਸ ਪਾਸੇ ਨੂੰ ਅਸੀਂ ਵੱਧ ਰਹੇ ਹਾਂ ਉਹ ਜਿਹੜਾ ਹੈ ਬਿਮਾਰੀਆਂ ਵੱਲੋਂ ਅਤੇ ਜਿਹੜਾ ਹੈ ਆਫਤਾਂ ਵੱਲੋਂ ਅਸੀਂ ਜਾ ਰਹੇ ਹਾਂ, ਇਸ ਤੋਂ ਸਾਨੂੰ ਮੰਨਣ ਦੀ ਲੋੜ ਆ। ਅਤੇ ਇਹ ਸੰਦੇਸ਼ ਸਾਰੇ ਵਿਸ਼ਵ ਵਾਸਤੇ ਆ, ਗੁਰੂ ਨਾਨਕ ਪਾਤਸ਼ਾਹ ਨੇ ਸਾਰੇ ਵਿਸ਼ਵ ਨੂੰ ਸੰਦੇਸ਼ ਦਿੱਤਾ। ਸੋ ਅੱਜ ਜੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਦਰਿਆ ਪਲੀਤ ਹੋ ਚੁੱਕੇ ਆ, ਬੁੱਢਾ ਨਾਲਾ, ਕਾਲਾ ਸਿੰਘਿਆਂ ਡਰੇਨ, ਚਿੱਟੀ ਬੇਈ, ਦਰਿਆ ਘੱਗਰ, ਇਹ ਕੈਮੀਕਲਾਂ ਦੇ ਦਰਿਆ ਵਗ ਰਹੇ ਆ। ਸੋ ਅੱਜ ਬਹੁਤ ਵੱਡੀ ਲੋੜ ਆ ਕਿ ਪਿੰਡਾਂ ਅਤੇ ਸ਼ਹਿਰਾਂ ਦੀ ਵੇਸਟੇਜ ਜਿਹੜੀ ਕੁਦਰਤੀ ਸੋਮਿਆਂ 'ਚ ਪਾ ਰਹੇ ਹਾਂ ਜਾਂ ਇੰਡਸਟਰੀਅਲ ਵੇਸਟੇਜ 'ਚ ਪਾ ਰਹੇ ਹਾਂ, ਇਹਨੂੰ ਰੋਕਣ ਦੀ ਲੋੜ ਆ। ਕਿਉਂਕਿ ਸਾਡੇ ਧਰਤੀ ਥੱਲੇ ਵੀ ਜਿਹੜੇ 4-4 ਫੁੱਟ ਫੁੱਟ ਡੂੰਘੇ ਪਾਣੀ ਸੀ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਖਰਾਬ ਕਰ ਦਿੱਤਾ। ਅੱਜ ਹੁਣ ਜਾਗਣ ਦੀ ਲੋੜ ਆ, ਸਮਝਣ ਦੀ ਲੋੜ ਆ, ਅਤੇ ਬਾਬੇ ਨਾਨਕ ਦੇ ਉਪਦੇਸ਼ 'ਤੇ ਚੱਲਣ ਦੀ ਲੋੜ। ਬਾਬੇ ਜਿਹੜੇ ਅੱਜ ਤੱਕ ਦੇ ਹੁਣ ਤੱਕ ਦੇ ਉਪਰਾਲੇ ਜਿਹੜੇ ਤੁਹਾਡੇ ਰਹੇ ਹੈ ਉਹਨਾਂ ਬਾਰੇ ਕੁਛ ਪੂਰੀ ਸੰਗਤ ਨੂੰ ਦੱਸੋ। ਉਹ ਜਿਸ ਤਰ੍ਹਾਂ ਪਵਿੱਤਰ ਵੇਈਂ ਦੀ ਕਾਰ ਸੇਵਾ, ਉਹਦੇ ਨਾਲ ਨਾਲ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਸੀਵਰੇਜ ਸਿਸਟਮ, ਪਿੰਡਾਂ ਵਿੱਚ ਐਜੂਕੇਸ਼ਨ, ਜਿਸ ਤਰ੍ਹਾਂ ਸੀਚੇਵਾਲ ਦੇ ਵਿੱਚ ਸ੍ਰੀ ਮਨ ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ ਚੱਲਦਾ, ਇੱਥੇ FM ਰੇਡੀਓ ਚੱਲਦਾ, ਅਵਤਾਰ ਰੇਡੀਓ, ਇਹਦੇ ਨਾਲ ਨਾਲ ਪਿੰਡਾਂ ਵਿੱਚ ਸੀਵਰੇਜ ਸਿਸਟਮ ਵੱਖ ਵੱਖ ਪਿੰਡਾਂ ਦੇ ਵਿੱਚ ਪਾਇਆ ਜਾ ਰਿਹਾ, ਇਹਦਾ ਪਾਣੀ ਟ੍ਰੀਟ ਕਰਕੇ ਖੇਤੀ ਨੂੰ ਲਾਉਣ ਵਾਸਤੇ, ਸੁਲਤਾਨਪੁਰ ਦੇ ਪੁੱਤਰ ਵੇਈਂ ਦੇ ਉੱਤੇ ਜਿਹੜੇ ਪਿੰਡ ਸ਼ਹਿਰ ਆ ਉਹਨਾਂ ਦੇ ਪਾਣੀ ਨੂੰ ਟ੍ਰੀਟ ਕਰਕੇ ਖੇਤੀ ਨੂੰ ਲਾਉਣ ਵਾਸਤੇ, ਅਤੇ ਉਹਨਾਂ ਦੇ ਨਾਲ ਨਾਲ ਜਿਹੜਾ ਹਰਿਆ ਭਰਿਆ ਕਰਨ ਆਲਾ ਦੁਆਲਾ ਨਰਸਰੀ ਦਾ ਪ੍ਰਬੰਧ ਆ, ਉਹਦੇ ਨਾਲ ਜਿਹੜਾ ਹੈ ਕੋਸ਼ਿਸ਼ ਆ ਕਿ ਜਿੱਥੇ ਵੀ ਅਸੀਂ ਚੇਤਨਾ ਪੈਦਾ ਕਰ ਸਕਦੇ ਹਾਂ, ਚਾਹੇ ਦੇਸ਼ ਵਿੱਚ, ਚਾਹੇ ਵਿਦੇਸ਼ ਵਿੱਚ, ਚਾਹੇ ਵੱਖ ਵੱਖ ਸਮਾਗਮਾਂ ਦੇ ਵਿੱਚ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਜਿੰਨੇ ਵੀ ਮੰਚ ਸਾਨੂੰ ਮਿਲਦੇ ਆ, ਉਹਦੇ ਉੱਤੇ ਅਸੀਂ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ
ਵੱਧ ਤੋਂ ਵੱਧ ਜਿਹੜਾ ਹੈ ਇਨਵਾਇਰਮੈਂਟ ਪ੍ਰਤੀ ਨੌਜਵਾਨ ਪੀੜ੍ਹੀ ਨੂੰ ਚੇਤੰਨ ਕਰ ਸਕੀਏ ਤਾਂ ਕਿ ਉਹ ਆਪਣਾ ਭਵਿੱਖ ਜਿਹੜਾ ਹੈ ਸਵਾਰ ਸਕਣ ਅਤੇ ਇਨਵਾਇਰਮੈਂਟ ਪ੍ਰਤੀ ਜਾਗਰੂਕ ਹੋ ਸਕਣ। ਅੱਛਾ ਬਾਬਾ ਜੀ, ਆਪਣਾ ਕੋਈ ਸੰਸਥਾ ਜਾਂ ਸੋਸਾਇਟੀ ਜਾਂ ਕੋਈ ਸ਼ਹਿਰ ਜਾਂ ਕਸਬਾ ਕੋਈ ਇਨਵਾਇਰਮੈਂਟ ਦੇ ਪ੍ਰਤੀ ਕੋਈ ਅੱਗੇ ਤੁਹਾਡੇ ਤੋਂ ਕੋਈ ਮਦਦ ਲੈਣਾ ਚਾਹੁੰਦੇ ਹਨ, ਉਹਦੇ ਬਾਰੇ ਕੋਈ ਜਾਣਕਾਰੀ ਕਰੋ, ਤੁਹਾਨੂੰ ਕਿਵੇਂ ਅਪਰੋਚ ਕਰ ਸਕਦੇ ਹਾਂ, ਤੁਹਾਡੇ ਨੂੰ ਕੀ ਸਹਿਯੋਗ ਉਹਨਾਂ ਨੂੰ? ਸਾਨੂੰ ਇੰਟਰਨੈਟ 'ਤੇ ਵੀ ਮਿਲ ਸਕਦੇ ਹਾਂ, ਸਾਡੇ ਮੋਬਾਈਲ ਨੰਬਰ 'ਤੇ 9094719463 ਦੇ ਉੱਤੇ ਵੀ, ਠੀਕ ਹੈ, ਬਾਕੀ ਜਿਹੜੇ ਹੈਗੇ ਆ ਵੈਬਸਾਈਟ ਦੇ ਉੱਤੇ ਜਿਹੜਾ ਹੈਗਾ ਸੰਪਰਕ ਕਰ ਸਕਦੇ ਆ। ਜਿਹਨਾਂ ਪਿੰਡਾਂ ਦੇ ਵਿੱਚ ਵੀ ਜਾਂ ਇੱਥੇ ਪ੍ਰਬੰਧ ਕਰਨਾ ਹੋਵੇ, ਸੀਵਰੇਜ ਸਿਸਟਮ ਪਾਉਣਾ ਹੋਵੇ ਜਾਂ ਹੋਰ ਕੋਈ ਸਲਾਹ ਲੈਣੀ ਹੋਵੇ, ਉਹ ਹਰ ਤਰ੍ਹਾਂ ਦੀ ਜਿਹੜੀ ਟੈਕਨੀਕਲੀ ਸਲਾਹ ਜਾਂ ਜਿਸ ਤਰ੍ਹਾਂ ਉਹ ਸਮੱਸਿਆ ਦਾ ਹੱਲ ਹੋ ਸਕਦਾ ਉਹਦੇ ਵਾਸਤੇ ਜਿੰਨੀ ਕਿ ਅਸੀਂ ਜਾਣਕਾਰੀ ਰੱਖਦੇ ਹਾਂ ਉਹ ਸਾਰਿਆਂ ਨੂੰ ਸਾਂਝੀ ਕਰਨ ਦੇ। ਬਾਬਾ ਜੀ, ਅੱਜ ਸਾਡਾ ਦਿਨ ਬੜਾ ਭਾਗਾਂ ਵਾਲਾ, ਤੁਹਾਡੇ ਦਰਸ਼ਨ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਰੁਝਾਵੇਂ ਬਿਜ਼ੀ ਸਮੇਂ 'ਚ ਸਾਡੇ ਨੂੰ ਤੁਹਾਨੂੰ ਟਾਈਮ ਕੱਢਿਆ ਅਤੇ ਸੰਦੇਸ਼ ਪੂਰੇ ਸੰਸਾਰ ਨੂੰ ਸੰਦੇਸ਼ ਦਿੱਤਾ, ਬਹੁਤ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।